ਅਸਲਾਮ ਵਾਲੇਕੁਮ ਦੋਸਤੋ ਤੁਹਾਨੂੰ ਦੱਸਾਂ ਕਿ ਇਹ ਨੇਪੀਅਰ ਚੇਰੀ ਦੇਖੋ ਇਹਦਾ ਕੱਦ ਕਿੱਦਾਂ ਸੋਹਣਾ ਵਾ ਕਿੰਨੇ ਨੇ ਉੱਚੇ ਮਾਸ਼ਾਅੱਲਾ ਇਹ ਵੀ ਸਾਰੇ ਡਿਗੇ ਪਏ ਆ ਦੇਖੋ ਕੱਦ ਨੇਪੀਅਰ ਚੇਰੀ ਬਹੁਤ ਜ਼ਬਰਦਸਤ ਆ ਤੇ ਤੁਹਾਨੂੰ ਦੱਸਣਾ ਕਿ ਇਹਨਾਂ ਦੇ ਮੁੱਢ ਵੀ ਮਾਸ਼ਾਅੱਲਾ ਬਹੁਤ ਜ਼ਬਰਦਸਤ ਫੁੱਟ ਕਰਦੇ ਆ ਇਹ ਆਏ ਦੇਖੋ ਜਨਾਬ ਇਹ ਮੁੱਢ ਵਾ ਇਹਨਾਂ ਦੇ ਦੇਖੋ ਕਿੱਦਾਂ ਫੁੱਟ ਕਰਨਦੇ ਆ ਇਹ ਸਾਰੇ ਬਹੁਤ ਜ਼ਬਰਦਸਤ ਆ ਇਹਨਾਂ ਦੇ ਏਜ ਤਕਰੀਬਨ 2 ਸਾਲ ਹੋ ਚੇ 1 ਸਾਲ ਹੋ ਚਲਾ ਡੇਢ ਇਹਨਾਂ ਨੂੰ ਬੀਜੇ ਹੋਇਆਂ ਨੂੰ ਇਹ ਏਡੇ ਡੇ ਮੋਢਾਂ ਤੇ ਬੜੇ ਜ਼ਬਰਦਸਤ ਫੂਟ ਕਰਨਦੇ ਆ ਇਹ ਦੇਖੋ ਆ ਚੇਰੀ ਦੇ ਫੂਟ ਮਾਸ਼ਾਅੱਲਾ ਬੜੀ ਜ਼ਬਰਦਸਤ ਆ ਇਹ ਦੇਖੋ ਕਿ ਜਦੋਂ ਸੋਣੇ ਤੇ ਬੜੀ ਸ਼ੇਤੀ ਤਿਆਰ ਹੁੰਦੇ ਆ ਇਹ ਆ ਦੇਖੋ ਇੰਨੇ ਨੇ ਪੱਠੇ ਹੋਏ ਪਏ ਤੇ ਮੇਰਾ ਟੱਕ ਹੱਲੇ ਇੱਥੇ ਨਹੀਂ ਗਿਆ ਤੇ ਪਿੱਛੋਂ ਮਾਸ਼ਾਅੱਲਾ ਫੂਟ ਸੋਹਣੀ ਕਰ ਜਾਂਦੇ ਆ ਜ਼ਬਰਦਸਤ ਫੂਟ ਆ ਤੇ ਸਭ ਦੋਸਤ ਇਹਦੇ ਨਾਲ ਬੀਜਣ ਤੇ ਜਾਨਵਰ ਖਾਣ ਤੇ ਦੁੱਧ ਦੇਣ ਤੇ ਸਿਹਤਮੰਦ ਰਹਿਣ ਨੈਪੀਅਰ ਚਰੀ ਗਈ ਤਨਾਮ ਨੈਪੀਅਰ ਕਲਮਾਂ ਲਗਦੀਆਂ ਇਹਨਾਂ ਦੀ ਤੇ ਇਹਨਾਂ ਦੇ ਤੁਹਾਨੂੰ ਮੈਂ ਤਰੀਕਾ ਵੀ ਦੱਸਦਾ ਵੀ ਕਿਵੇਂ ਲਾਈਦੇ ਆ ਇਹ ਸਿਆੜ ਕੱਢਣੇ ਪਿੰਦੇ ਆ ਜਿੱਦਾਂ ਕਮਾਦ ਬੀਜਣਾ ਪਿੰਦਾ ਤੇ ਫਿਰ ਸਿਆੜ ਕੱਢ ਕੇ ਇਹਨਾਂ ਨੂੰ ਸਾਫ਼ ਕਰਕੇ ਐ ਲੈ ਪੱਤੇ ਤੇ ਇੱਥੋਂ ਕਲਮ ਲੈਣੀ ਆ ਤੇ ਇੱਥੇ ਤਾਈਂ ਮਡਣੀ ਆ ਇਹ ਜਨਾਬ ਵੱਲ ਕੇ ਆਲੀ ਕਲਮ ਨੂੰ ਲਾਲ ਦੇਣਾ ਵਾ ਕਮਾਦਰ ਨੂੰ ਉੱਤੇ ਇੰਜ ਇੰਜ ਮਿੱਟੀ ਪਾੜਣੀ ਹੈ ਘਾਟੋ ਘਾਟ ਵੀ ਅੱਗੇ ਵੀ 2 ਫੁੱਟ ਫੁੱਟ ਡੇਢ ਦਾ ਫਾਸਲਾ ਹੋਵੇ ਅੱਗੇ ਤੇ ਪਿੱਛੇ ਫੁੱਟ ਫੁੱਟ ਦਾ ਫਾਸਲਾ ਹੋਵੇ ਤੇ ਫਿਰ ਇਹ ਬੂਟੇ ਬਹੁਤ ਜ਼ਬਰਦਸਤ ਹੁੰਦੇ ਆ ਤੇ ਉੱਤੇ ਮਿੱਟੀ ਪਾ ਕੇ ਤਾਂ ਇਹਨੂੰ ਪਾਣੀ ਲਗਾ ਦਿਓ ਫਿਰ ਅੱਲਾ ਦੇ ਹੁਕਮ ਨਾਲ 15 ਕੇ ਦਿਹਾਣੇ ਤਾਈਂ ਇਹ ਫੁੱਟ ਕਰ ਜਾਂਦੀ ਹੁੰਦੀ ਆ ਤੇ 마샬라 ਬੜੀ ਜ਼ਬਰਦਸਤ ਹੋ ਜਾਂਦੀ ਹੈ ਤੇ ਇਹ ਚਿਹਰੀ ਬੀਜੋ ਦੇਖੋ ਕਿਦਾਂ ਹਰੇ ਗੱਚ ਪਈ ਹਨ ਜਾਨਵਰਾਂ ਨੇ ਆਪ ਹੀ ਸ਼ੋਕ ਨੇ ਖਾਣੀਆਂ ਇਹ ਬਹੁਤ ਜ਼ਬਰਦਸਤ ਪੱਠੇ ਆ ਇਹ ਤੇ ਮੈਂ ਥੋੜੇ ਜੇ ਵੱਢ ਕੇ ਪਾਣਾ ਤੇ ਜਾਨਵਰ ਮੇਰੇ ਰੱਜ ਜਾਂਦੇ ਆ 마샬라 ਦੁੱਧ ਵੀ ਸਹੀ ਦਿੰਦੇ ਇਹਨਾਂ ਨਾਲ ਤੇ ਤੂੜੀ ਦੀ ਵੀ ਬਚਤ ਹੋ ਜਾਂਦੀ ਆ ਤੇ ਫਿਰ ਪੱਠੀਆਂ ਦੀ ਵੀ ਬਚਤ ਹੋ ਜਾਂਦੀ ਆ ਇਹ ਲਾਜ਼ਮੀ ਬੀਜੋ ਕਿਸਾਨ ਦੋਸਤ ਜਿਨ੍ਹਾਂ ਨੇ ਖਾਸ ਤੌਰ ਤੇ ਜਾਨਵਰ ਰੱਖੇ ਆ ਤੇ Богозабурта стан.